ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਪ੍ਰੀਤ ਨਗਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਘਰ ਦੇ ਵਿੱਚ ਜਾ ਕੇ ਹਮਲਾ ਕੀਤਾ ਗਿਆ ਸੀ। ਝਗੜੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਝਗੜਾ ਆਖਿਰਕਾਰ ਹੁੰਦਾ ਕੀ ਹੈ, ਸੱਚਾਈ ਕੀ ਹੈ, ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਹਾਂ। ਤਾਂ ਸਾਡੇ ਨਾਲ ਉਹ ਨੌਜਵਾਨ ਵੀ ਮੌਜੂਦ ਨੇ ਜਿਹੜੇ ਉਸ ਘਰ ਦੇ ਵਿੱਚ ਜਾਂਦੇ ਨੇ। ਤਾਂ ਕੀ ਨਾਮ ਆ ਜੀ ਪਹਿਲਾਂ ਤੁਹਾਡਾ? ਸਰ, ਮੇਰਾ ਨਾਮ ਬੰਨੀ। ਹਾਂਜੀ, ਤੇ ਕੀ ਹੋਇਆ, ਝਗੜਾ ਕਿਉਂ ਹੋਇਆ ਪਹਿਲਾਂ ਤੁਹਾਡਾ ਉੱਥੇ? ਸਰ ਜੀ, ਸਾਰੇ ਬੈਠੇ ਹੀ ਸ਼ਰਾਬ ਪੈਗ ਲਾ ਰਹੇ ਸੀ ਤੇ ਮੈਂ ਨਾ ਉਤੋਂ ਹੀ ਚਲ ਗਿਆ ਅਚਾਨਕ ਹੀ। ਚਲੋ, ਮੈਂ ਵੀ, ਮੇਰਾ ਯਾਰ ਆ, ਉਹ ਵੀ ਫਰੈਂਡ ਆ ਜਿਹਦੇ ਘਰ ਗਏ ਆ, ਫਰੈਂਡ ਹੈਗਾ। ਚਲੋ, ਅਸੀਂ ਗਏ ਆ ਘਰ ਤੇ ਨਾ ਇਹਨਾਂ ਨੇ ਕੋਈ ਬਹਿਸ ਬਾਜੀ ਹੋ ਗਈ ਸ਼ਰਾਬ ਤੋਂ। ਮਤਲਬ ਅੱਧੀ ਤੋਂ ਜਿਆਦਾ ਸ਼ਰਾਬ ਸੀ। ਮਤਲਬ ਆਹ ਗਲਾਸ ਸੀ, ਇਹਨਾਂ ਆਹ ਗਲਾਸ ਚ ਇਹਨਾਂ ਨਾਲ ਪੈਗ ਪਾ ਲੈਣਾ ਇੱਕ ਦੂਜੇ ਆਪਸ ਚ। ਉਹਨੂੰ ਪਰ ਲੇਵਾ ਖਰਾਬ ਮੇਰੇ ਯਾਰ ਦਾ, ਮੇਰਾ ਯਾਰ ਆ 20 ਸਾਲ ਪੁਰਾਣਾ, ਤਾਂ ਜੋ ਯਾਰੀ ਹੁੰਦੀ ਹੈ। ਤੇ ਭਾਜੀ, ਮਤਲਬ ਇੰਨਾ ਪਿਆਰ ਮੇਰੇ ਨਾਲ, ਇਹਨਾਂ ਨਾਲ ਪੈਗ ਪਾ ਲਿਆ। ਭਰਾ ਦਾ ਲੀਵਰ ਖਰਾਬ ਆ ਮੇਰੇ, ਸੋਨੀ ਦਾ, ਠੀਕ ਹੈ। ਮੈਂ ਉਹਨੂੰ ਕਿਹਾ ਵਾ, ਮੈਂ ਡਾਕਟਰ ਸਾਹਿਬ ਤੁਹਾਨੂੰ ਪਤਾ ਵਾ ਲੀਵਰ ਖਰਾਬ ਹੈਗਾ ਵਾ, ਤੁਹਾਨੂੰ ਪਤਾ ਵਾ। ਚਲੋ ਭਰਾ ਮੇਰਾ ਫੂਕ ਭਾਈ, ਉਹਨੇ ਪਾਤੀ ਸੋ, ਹੁਣ ਜੇ ਸੋ ਉਤੋਂ ਸੋ ਪਾਤੀ ਤੋ ਨਾ ਸ਼ਰਤ ਸ਼ੁਰਤ ਲੱਗ ਗਈ, ਨਾ ਪਰ ਰੱਬ ਜਾਂ ਕੀ ਲੱਗੀ ਹੈ। ਜਦੋਂ ਗਿਆ ਵਾ ਤਿੰਨ, ਮੇਰਾ ਯਾਰ ਪੈਗ ਪੀ ਗਿਆ, ਉਹਨੇ ਨੀ ਪੀਤਾ, ਉਹਨੇ ਰੱਖਤਾ ਪੈਗ ਆਪਣਾ। ਉਹ ਤੋਂ ਬਾਅਦ ਮੇਰਾ ਯਾਰ ਉਲਟਾ ਕਰਨਾ ਪਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਉਹਨਾਂ ਗਲਤ ਕੀਤਾ ਵਾ। ਉਹ ਤੋਂ ਬਾਅਦ ਇਹਨੇ ਕੋਈ ਵੱਧ ਘੱਟ ਗੱਲ ਕੀਤੀ, ਉਹਨਾਂ ਗਾਲਾਂ ਗੁਲਾਂ ਕੱਢੀਆਂ, ਮੈਂ ਕੂਸਾ ਉਲਟਿਆ ਕਰਨਾ, ਮੈਂ ਫਰਾਂ ਢੀਂਗ ਵਾ। ਉਹ ਤੋਂ ਬਾਅਦ ਤੁਹਾਡੀ ਗੱਲ ਵਧੀ ਹੈ। ਉਹ ਤੋਂ ਬਾਅਦ ਗੱਲ ਜਦੋਂ ਮੈਂ ਗਿਆ ਵਾ, ਉਹਨੇ ਭਾਈ ਮੇਰੇ ਪਹਿਲਾਂ ਦੋ ਚਪੇਰਾਂ ਮਾਰੀਆਂ, ਉਹ ਤੁਹਾਡੀ ਬਹਿਸ ਹੋਈ ਹੈ, ਉਹ ਤੋਂ ਝਗੜਾ ਵੱਧ ਗਿਆ ਬਾਅਦ ਤੁਹਾਡਾ? ਸਰ, ਵਧੀਆ ਵਾ। ਉਸ ਤੋਂ ਬਾਅਦ ਤੁਸੀਂ ਉਹਦੇ ਘਰ ਦੇ ਵਿੱਚ ਚਲੇ ਜਾਂਦੇ ਹੋ? ਸਰ ਜੀ, ਘਰ ਗਏ ਆ। ਕੋਈ ਵੀਰ ਹੈਗਾ, ਰਿਸ਼ੀ ਕੋਈ ਪਤਾ ਕਿਹੜਾ ਵੀਰ ਹੈਗਾ, ਆਮ ਆਦਮੀ ਦਾ, ਤੇ ਉਹ ਵੀਰ ਹੈਗਾ ਵਾ, ਉਹਨੇ ਵੀਰ ਨੇ ਘਰ ਬੁਲਾ ਕੇ ਸਾਨੂੰ ਜੱਫੀਆਂ ਪਵਾਤੀਆਂ। ਚਲੋ, ਜਿਹੜੀ ਗਲਤੀ ਹੋ ਗਈ ਛੱਡੋ। ਉਹ ਤੋਂ ਬਾਅਦ ਫਿਰ ਮੈਨੂੰ ਮੈਸੇਜ ਆਇਆ ਕੋਈ ਵੀਰ ਦਾ, ਤੇ ਮੇਰੇ ਘਰ ਬੁਲਾਣ ਆਏ ਨੇ, ਫਿਰ ਮੈਂ ਗਿਆ ਵਾ। ਉਹ ਤੋਂ ਬਾਅਦ ਘਰ ਘਰ ਜਾਂ 5-10 ਮੁੰਡੇ ਬੁਲਾਏ ਹੋਏ ਨੇ, 5-10 ਮੁੰਡੇ ਬੁਲਾਏ, ਸਾਨੂੰ ਇਹਨਾਂ ਨੇ ਬੋਤਲਾਂ ਵੀ ਮਾਰੀਆਂ ਵਾ, ਇਹਨਾਂ ਬੋਤਲਾਂ ਮਾਰੀਆਂ। ਉਹਨੇ ਮਤਲਬ ਆਪਣੀ ਜਿਹੜੀ ਵੀਡੀਓ ਡਿਲੀਟ ਕਰਤੀ ਹੈ, ਸਾਡੀ ਵੀਡੀਓ ਰੱਖ ਲਈ ਹੈ, ਤਾਂ ਮੈਂ ਆਪਣੀ ਸੇਫਟੀ ਵਾਸਤੇ ਛੰਦ ਕੱਢਿਆ ਵਾ। ਕੱਲ ਮੇਰੇ ਕੋਈ ਰੱਬ ਨਾ ਕਰੇ ਕੋਈ ਗੋਲੀ ਗਾਲੀ ਮੈਨੂੰ ਮਾਰ ਦੇ, ਤਾਂ ਮੈਂ ਆਪਣੀ ਸੇਫਟੀ ਰੱਖਾਂ, ਕੋਈ ਸਰਕਾਰ ਨੇ ਮੈਨੂੰ ਸੇਫਟੀ ਦਿੱਤੀ ਹੈ, ਤਾਂ ਮੈਂ ਆਪਣਾ ਬਚਾਅ ਵਾਸਤੇ ਰੱਖਿਆ। ਸਰ, ਆਹ ਵੇਲੋ ਸਰ ਜੀ, ਪੈਸੇ ਰਾਤੀ 20,000 ਕਹਿ ਦਿੱਤਾ ਜੀ, ਸਵੇਰੇ ਵੀਰ ਨੂੰ ਪੈਸੇ ਪਾਇਆ, ਵੇਲੋ ਕੀ ਨਾਮ ਜੇ, ਆਹ ਵੇਲੋ ਸਰ ਕੀ ਨਾਮ ਲਿਖਿਆ ਜੇ, ਰੋਬਿਨ ਜੋਸ਼ੀ ਨੂੰ ਰਾਤੀ 20,000 ਕਹਿ ਦਿੱਤਾ ਵਾ। ਸਵੇਰੇ ਪਰਚਾ ਕਰਾਤਾ, ਰਾਤੀ 30,000 ਦਿੱਤਾ, 20,000 ਰਾਤੀ, ਸਵੇਰੇ 10,000 ਪਾ ਸੀ ਛੋਟ ਚੈੱਕ ਕਰ ਲੋ। ਉਹ ਤੋਂ ਬਾਅਦ ਪਰਚਾ ਹੋਇਆ ਤੇ ਹਿਸਾਬ ਲਾ ਲੋ ਸਰ। ਲੱਗਦਾ ਨਾ ਕਿ ਤੁਸੀਂ ਸਾਰੇ ਪੁਰਾਣੇ ਯਾਰ ਦੋਸਤ, ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ, ਕਾਫੀ ਪੁਰਾਣੀ ਯਾਰੀ ਨੂੰ ਲੈ ਕੇ ਜਿਹੜਾ ਝਗੜਾ ਹੁੰਦਾ, ਰਾਜੀਨਾਮੇ ਦੀ ਵੀ ਰਾਤੋਂ ਰਾਤ ਗੱਲਬਾਤ ਹੋ ਜਾਂਦੀ ਹੈ, ਪਰ ਸਵੇਰੇ ਜਿਹੜੇ ਡਾਕਟਰ ਨੇ ਉਹ ਉੱਥੇ ਬਿਆਨ ਖਾਨ ਚਲ ਜਾਂਦੇ ਨੇ ਚੌਂਕੀ ਦੇ ਵਿੱਚ। ਸਰ ਜੀ, ਉਹ ਮੇਰੇ ਵੀਰ ਹੈਗਾ ਵਾ, ਐਮ ਐਲ ਏ ਕੋਈ ਦਫ਼ਤਰ ਖਾਸ ਹੈਗਾ ਵਾ, ਡਾਕਟਰ ਮਤਲਬ ਡਾਕਟਰ ਕੋਈ ਹੈਗੇ ਨੇ, ਸਾਧੂ ਹਲਕਾ ਕਿਹੜਾ ਹਲਕਾ ਵਾ, ਉਹ ਮਤਲਬ ਐਵੇਂ ਤਮਾਸ਼ਾ ਰੱਬ ਨਾਲ ਕਿਹੜੀ ਉਹਨਾਂ ਲੱਗਦੀ ਸਾਡੀ ਖੁਦ ਵੀ ਪਰਮਾਤਮਾ ਜਾਣਦਾ, ਨਜਾਇਜ਼ ਪਰਚਾ ਕਟਾ ਰਿਹਾ ਸਾਡੇ, ਨਜਾਇਜ਼। ਹੁਣ ਜਿਹੜਾ ਮੰਨ ਲਓ ਜਿੰਨਾ ਹਰੀ ਝਗਬ ਹੋਈ ਹੈ, ਸਾਡਾ ਰਾਤੀ ਰਾਜਮਾ ਹੀ ਕਰਾਤਾ ਇਹਨਾਂ ਨੇ, ਜੱਫੀਆਂ ਪਈਆਂ ਰਾਤੀ ਘਰ, ਚਾਹ ਪੀ ਗਿਆ ਇਹਨਾਂ ਘਰੋਂ, ਰਾਤੀ ਚਾਹ ਪੀਤੀ, ਉਹ ਤੋਂ ਬਾਅਦ ਬਈ ਗੱਲ ਵਧੀ ਹੈ ਜੋ ਇਹਨੇ ਮੁੰਡੇ ਬੁਲਾਏ ਨੇ ਘਰ। ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਜਿਹੜੀ ਵੀਡੀਓ ਦਿੱਤੀ ਗਈ, ਉਹਦੇ ਵਿੱਚ ਪਿਸਤੌਲ ਤੁਸੀਂ ਦੱਸਿਆ ਕਿ ਮੈਂ ਆਪਣਾ ਸੇਫਟੀ ਵਾਸਤੇ ਕੱਢਿਆ, ਤਾਂ ਜੇਕਰ ਗੱਲ ਕਰੀਏ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ 2 ਗੋਲੀਆਂ ਵੀ ਜਿਹੜੀਆਂ ਚਲਾਈਆਂ ਗਈਆਂ ਨੇ। ਮੈਂ ਕਹਿੰਦਾ ਸਰ ਜੀ, ਵੀਡੀਓ ਸਾਰੀ ਬਣੀ ਉਹਨਾਂ ਕੋਲ, ਵੇਖੋ ਆਪਾਂ ਗਾਲਾਂ ਮੰਦਾ ਵੀ ਕੱਢਿਆ, ਤਾਂ ਗੁੱਸੇ ਬੰਦਾ ਗਾਲਾਂ ਮੰਦਾ ਕਰਦਾ, ਵੀਡੀਓ ਬਣੀ, ਜੇ ਇੱਕ ਵੀ ਗੋਲੀ ਚੱਲੀ ਹੋਵੇ, ਮੈਂ ਕਹਿੰਦਾ ਪੁਲਿਸ ਮੈਨੂੰ 302 ਪਰਚਾ ਹੁਣੇ ਦੇ ਦੇ, ਹਲੇ ਬੰਦਾ ਮਰਿਆ ਨੀ, ਪਹਿਲਾਂ ਕਹਿੰਦਾ 302 ਪਰਚਾ ਦੇ ਦੇ ਪੁਲਿਸ, ਧੱਕਾ ਨਾ ਕਰੇ ਪੁਲਿਸ, ਜੋ ਜਾਇਜ਼ ਕਾਰਵਾਈ ਬਣਦੀ ਉਹ ਕਰੇ। ਤਾਂ ਤੁਸੀਂ ਵੇਖਿਆ ਕਿ ਇਹਨਾਂ ਨਾਲ ਗੱਲਬਾਤ ਕੀਤੀ ਆ, ਫਿਲਹਾਲ ਨਾ ਵੱਲੋਂ ਦੱਸਿਆ ਗਿਆ ਕਿ ਜੋ ਸੱਚਾਈ ਆ ਤਾਂ ਉਸ ਦੇ ਮੁਤਾਬਕ ਮੇਰੇ ਉੱਪਰ ਕਾਰਵਾਈ ਕੀਤੀ ਜਾਵੇ। ਤਾਂ ਜੇਕਰ ਅਸੀਂ ਗੱਲ ਕਰੀਏ ਸ਼ਰਾਬ ਇਹਨਾਂ ਸਾਰਿਆਂ ਦੇ ਵੱਲੋਂ ਪੀਤੀ ਗਈ ਸੀ, ਤਾਂ ਉਸ ਨੂੰ ਲੈ ਕੇ ਜਿਹੜਾ ਝਗੜਾ ਹੋ ਜਾਂਦਾ, ਤਾਂ ਜਿਹੜਾ ਨੌਜਵਾਨ ਦਾ ਲੀਵਰ ਖਰਾਬ ਆ, ਤਾਂ ਅਸੀਂ ਉਸ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਹਾਂ। ਤਾਂ ਕੀ ਨਾਮ ਆ ਜੀ ਤੁਹਾਡਾ? ਮੇਰਾ ਸੋਨੀ ਭਾਜੀ। ਹਾਂਜੀ, ਕੀ ਗੱਲ ਹੋਈ ਤੁਹਾਡੀ ਰਾਤੀ? ਗੱਲ ਕੁਛ ਨੀ ਹੋਈ, ਮੈਨੂੰ ਇਹਨਾਂ ਨੇ ਫੋਨ ਕੀਤਾ ਤੇ ਮੈਂ ਗਿਆ ਉੱਥੇ, ਤੇ
ਇਹ ਬੈਠੇ ਹੀ ਆਪ ਅਜੇ ਪੈਗ ਪੁਗ ਲਾ ਰਹੇ ਸੀ ਤੇ ਮੈਂ ਬਹਿ ਗਿਆ ਤੇ ਉਹਨੇ ਮੇਰੇ ਨਾਲ ਸ਼ਰਤ ਲਾ ਲਈ ਤੇ ਮੈਨੂੰ ਕਹਿੰਦਾ ਤੁਹਾਡਾ ਲੀਵਰ ਸਹੀ ਹੋ ਗਿਆ। ਮੈਂ ਕਿਹਾ ਨਹੀਂ ਹਜੇ ਕਿੱਥੇ ਸਹੀ, ਡਾਕਟਰਾਂ ਨੇ ਦਵਾਈ ਚੱਲਣ ਦੀ ਮੇਰੀ। ਤੇ ਕਹਿੰਦਾ ਨਹੀਂ ਤੁਹਾਡੇ ਨਾਲ ਇੱਕ ਪੈਗ ਲਾਣਾ। ਮੈਂ ਕਿਹਾ ਮੈਂ ਨੀ ਲਾਣਾ, ਮੇਰਾ ਲੀਵਰ ਦੀ ਪ੍ਰੋਬਲਮ ਨੂੰ ਪਚਦਾ ਨੀ ਆ। ਉਹਨੇ ਮੈਨੂੰ ਸੌਂਹ ਪਾ ਤੀ, ਫਿਰ ਮੇਰੇ ਨਾਲ ਸ਼ਰਤ ਲਾਣ ਲੱਗ ਪਿਆ। ਸ਼ਰਤ ਲਾ ਲਈ ਤੇ ਫਿਰ ਉਹਨੇ ਪੈਗ ਪਾਤਾ ਗਲਾਹ ਭਰ ਕੇ ਤੇ ਕਹਿੰਦਾ ਪੀਓ। ਉਹਨੇ ਵੀ ਚੁੱਕ ਲਿਆ, ਮੈਂ ਵੀ ਚੁੱਕਿਆ, ਮੈਂ ਪੀ ਲਿਆ, ਉਹਨੇ ਪੀਤਾ ਨੀ। ਉਸ ਤੋਂ ਬਾਅਦ ਮੈਨੂੰ ਬਚਿਆ ਨੀ ਅੰਦਰ, ਫਿਰ ਮੈਂ ਉਲਟੀ ਮਾਰਨ ਚੱਲ ਗਿਆ ਵਾਸ਼ਰੂਮ ਚ। ਤੁਹਾਡੀ ਹਾਲਤ ਖਰਾਬ ਹੋ ਗਈ ਦੇਰ ਰਾਤ? ਉਸ ਤੋਂ ਬਾਅਦ ਚ ਇਹਨਾਂ ਨੇ ਇੱਕ ਦੂਜੇ ਨੂੰ ਗਾਲਾਂ ਗੁਲਾਂ ਕੱਢਣ ਲੱਗ ਪਏ ਤੇ ਫਿਰ ਇਹਨਾਂ ਦੀ ਹੱਥੋਂ ਪਈ ਹੋਈ। ਉਸ ਤੋਂ ਬਾਅਦ ਹੋਰ ਕੋਈ ਨੀ ਗੱਲ ਹੋਈ। ਹੁਣ ਤੁਹਾਡੀ ਕੀ ਮੰਗ ਹੈ? ਕਿਉਂਕਿ ਤੁਹਾਡੇ ਉੱਪਰ ਜਿਹੜੀ ਕਾਰਵਾਈ ਉਹਨਾਂ ਦੇ ਵੱਲੋਂ ਕਰਵਾਈ ਜਾ ਰਹੀ ਹੈ, ਉਹ ਕਹਿੰਦੇ ਨੇ ਕਿ ਦੇਰ ਰਾਤ ਆ ਕੇ ਸਾਡੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਦਾਤਰ ਮਾਰ ਦਿੱਤੇ ਗਏ ਨੇ, ਗੁੰਡਾਗਰਦੀ ਕੀਤੀ ਗਈ ਹੈ। ਭਾਜੀ ਜੋ ਹੈਗਾ ਨਾ ਉਹ ਤੁਹਾਡੇ ਸਾਹਮਣੇ ਹੀ ਹੈ, ਜੋ ਵੀ ਹੈਗਾ ਵੀਡੀਓ ਤੁਸੀਂ ਵੇਖ ਲਈ, ਸਭ ਕੁਝ ਵੇਖ ਲਿਆ। ਪਰ ਜੋ ਨਜਾਇਜ਼ ਆ ਉਹ ਨਜਾਇਜ਼ ਨਹੀਂ ਨਾ ਹੋਣਾ ਚਾਹੀਦਾ, ਜੋ ਜਾਇਜ਼ ਆ ਉਹਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜਾ ਧੱਕਾ ਨਹੀਂ ਹੋਣਾ ਚਾਹੀਦਾ। ਤਾਂ ਤੁਸੀਂ ਵੇਖਿਆ ਕਿ ਇਹ ਦੋ ਨੌਜਵਾਨ ਬਿਲਕੁਲ ਅੱਜ ਮੀਡੀਆ ਦੇ ਸਾਹਮਣੇ ਆਏ ਨੇ, ਇਹਨਾਂ ਦੇ ਵੱਲੋਂ ਪੂਰੀ ਜਿਹੜੀ ਜਾਣਕਾਰੀ ਹੈ ਸਾਨੂੰ ਦਿੱਤੀ ਗਈ ਹੈ ਕਿ ਦੇਰ ਰਾਤ ਜਿਹੜਾ ਝਗੜਾ ਹੋਇਆ, ਫਿਲਹਾਲ ਉਸ ਝਗੜੇ ਦੇ ਵਿੱਚ ਕੋਈ ਵੀ ਜਿਹੜੀ ਗੋਲੀ ਆ ਉਹ ਨਹੀਂ ਚੱਲੀ। ਤਾਂ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੇ ਪਹਿਲਾਂ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਘਰੇ ਦੇ ਵਿੱਚ ਬੁਲਾਇਆ ਗਿਆ ਸੀ ਤਾਂ ਉਹ ਵੀਡੀਓ ਕਿਉਂ ਨਹੀਂ ਦਿੱਤੀ ਗਈ? ਫਿਲਹਾਲ ਉਹਨਾਂ ਦੇ ਘਰ ਦੇ ਬਾਹਰ ਕੈਮਰੇ ਵੀ ਜਿਹੜੇ ਨੇ ਲੱਗੇ ਹੋਏ ਨੇ ਪਰ ਚੱਲਦੇ ਨਹੀਂ ਪਏ ਨੇ। ਜੇਕਰ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਦੇਰ ਰਾਤ ਉੱਥੇ ਪਹੁੰਚਦੇ ਨੇ, ਪੂਰੀ ਘਟਨਾ ਦਾ ਉਹਨਾਂ ਦੇ ਵੱਲੋਂ ਜਾ ਕੇ ਦੇਖਿਆ ਜਾਂਦਾ ਤਾਂ ਨਾ ਹੀ ਰੈਸਟੋਰੈਂਟ ਦੇ ਵਿੱਚ ਕੋਈ ਕੈਮਰੇ ਲੱਗੇ ਨੇ, ਨਾ ਹੀ ਉਹਨਾਂ ਦੇ ਘਰ ਦੇ ਬਾਹਰ ਕੋਈ ਕੈਮਰੇ ਲੱਗੇ ਨੇ ਜਿਸ ਨੂੰ ਲੈ ਕੇ ਇਹ ਝਗੜਾ ਹੁੰਦਾ। ਤਾਂ ਫਿਲਹਾਲ ਜਿਹੜੇ ਨੌਜਵਾਨ ਨੇ ਮੀਡੀਆ ਸਾਹਮਣੇ ਆਏ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਵਾ ਸੱਚਾਈ ਦਾ ਸਾਥ ਦਿੱਤਾ ਜਾਵੇ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਸਰ ਜੀ ਇੱਕ ਬੇਨਤੀ, ਮੈਨੂੰ ਗੱਲ ਦਾ ਜਵਾਬ ਦਿਓ ਤੁਸੀਂ ਭਰਾ ਜੇ, ਸਾਰੇ ਪੰਜਾਬ ਪੁਲਿਸ ਹੈਗੀ ਆ, ਵੇਖੋ ਘਰ ਦੇ ਕੈਮਰੇ ਲੱਗੇ ਹੁਣ, ਵੇਖੋ ਉਹ ਵੀਡੀਓ ਦਿੱਤੀ ਆਪਣੀ ਜਿਹੜੀ ਵੀਡੀਓ ਬਣੀ ਉਹ ਦੇਤੀ ਹੈ, ਅਸਲ ਜਿਹੜਾ ਡੱਬਾ ਨਾ ਇਹਨਾਂ ਗੈਪ ਕਰਤਾ ਵਾ, ਜਿਹੜੀ ਅਸਲ ਵੀਡੀਓ ਜਿਹੜੀ ਘਰ ਦੇ ਅੰਦਰ ਗਏ ਆ, ਜਫੀਆਂ ਜੁਫੀਆਂ ਪਾਈਆਂ ਆਪਾਂ, ਉਹ ਮਤਲਬ ਉਹ ਵੇਲੇ ਕੀ ਕਹਿੰਦੇ ਕੈਮਰੇ ਹੀ ਚੱਲ ਦੇਵੇ। ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ, ਬੰਦਾ ਕੈਮਰੇ ਲਵਾਉਂਦਾ ਕਾਹਦੇ ਵਾਸਤੇ ਲਵਾਉਂਦਾ ਵਾ? ਕੈਮਰੇ ਆਪਣੀ ਸੇਫਟੀ ਵਾਸਤੇ। ਜਿਹੜੀ ਰਾਤੀ ਕਿੰਨੇ ਵਜੇ ਉਹਨਾਂ ਦੇ ਘਰ ਦੇ ਵਿੱਚ ਜਾਂਦੇ ਹੋ? ਸਰ ਜੀ ਮੇਰੇ ਹਿਸਾਬ ਨਾਲ ਪਹਿਲਾਂ ਆਪਾਂ ਜਦੋਂ ਗਏ ਨਾ, ਜਦੋਂ ਵੀਰ ਨੇ ਬੁਲਾਇਆ ਵਾ ਤੇ ਵੀਰ ਨੇ ਬੁਲਾਇਆ ਵਾ, ਰੋਬਿਨ ਜੋ ਵੀ ਨਾਮ ਵੀਰ ਦਾ ਉਹਨੇ ਬੁਲਾਇਆ, ਆਮ ਆਦਮੀ ਦਾ ਹੈਗਾ ਵਾ ਉਹਨੇ ਬੁਲਾਇਆ, ਘਰ ਗਏ ਵਾ, ਮੇਰੇ ਹਿਸਾਬ ਨਾਲ 10-11 ਟਾਈਮ ਹੋਣਾ ਵਾ, 10-11 ਵਿੱਚ ਸਾਡੇ ਵੇਲੇ ਜਫੀਆਂ ਪਾਈਆਂ, ਘਰੋਂ ਚਾਹ ਪੀ ਕੇ ਆਏ ਆ, ਚਾਹ ਪੀ ਗਏ, ਬਾਅਦ ਚੋਂ ਫਿਰ ਮੈਸੇਜ ਆਇਆ ਵਾ ਜਦੋਂ ਅਸੀਂ ਚੌਂਕ ਖਲੋਤੇ ਨਾ ਤੇ ਬਾਹਰ ਮੈਸੇਜ ਤੋਂ ਭਾਈ ਉਹਨੇ ਬੁਲਾ ਰਹੇ, ਗੱਲ ਸੁਣੋ, ਉਹ ਤੋਂ ਪਹਿਲਾਂ ਮੁੰਡੇ ਬੁਲਾ ਲਏ ਸੀ, ਜਦੋਂ ਬਾਹਰ ਚੱਲੇ ਨਾ, ਜਦੋਂ ਬਾਹਰ ਖਲੋਤੇ ਪਾਉਂਦਾ ਜਦੋਂ ਮੁੰਡੇ ਪਹਿਲਾਂ ਮੁੰਡੇ ਬੁਲਾ ਲਏ ਸੀ, ਮਤਲਬ 10-12 ਮੁੰਡੇ ਘਾਟ ਸੀ ਇਹਨਾਂ ਦੇ। ਉਹ ਤੋਂ ਬਾਅਦ ਸਰ ਜੀ ਕੋਈ ਗਾਲਾਂ ਮੰਦਾ ਕੱਢਿਆ ਨਾ, ਵੀਡੀਓ ਬੋਧਾ ਮਾਰੀਆਂ ਵਾ, ਜਦੋਂ ਉਹਨਾਂ ਨੇ ਮੇਰੇ ਬੋਧਾ ਮਾਰੀਆਂ, ਵੱਟੇ ਮਾਰੇ, ਉਹ ਤਾਂ ਭਾਈ ਮੈਂ ਆਪਣੀ ਸੇਫਟੀ ਕੱਢੀ ਹੈ, ਕੱਲ ਰੱਬ ਨਾ ਕਰੇ ਜਦੋਂ ਬੋਧਾ ਮਾਰੀ, ਚਲੋ ਅਸੀਂ ਪਿੱਛੇ ਹੋ ਗਏ ਆ, ਠੀਕ ਹੈ, ਬਾਅਦ ਚ ਮੈਂ ਆਪਣਾ ਕੱਢਿਆ ਸਰ ਸੇਫਟੀ ਆਪਣੀ। ਤੁਹਾਡੀ ਕੀ ਮੰਗ ਆ ਹੁਣ? ਮੈਂ ਕਹਿੰਦਾ ਸਰਕਾਰ ਨੂੰ ਕਹਿੰਦਾ ਮੈਂ ਪੰਜਾਬ ਪੁਲਿਸ ਨੂੰ ਜਾਣਾ ਵੀ, ਮਤਲਬ ਜੋ ਇੰਚਾਰਜ ਸਾਡੇ ਸਰ ਹੋਣੀ, ਮੈਂ ਕਹਿੰਦਾ ਇਹਨਾਂ ਦੇ ਘਰ ਦੇ ਕੈਮਰੇ ਲੱਗੇ ਨਾ ਉਹ ਫੁਲਾ ਫੁਲਾਈ ਕੀਤੀ ਜਾਵੇ, ਜਿਹੜੇ ਡੱਬੇ ਨਾ ਘਰ ਦੇ ਡੱਬੇ ਉਹ ਫੁਲਾ ਫੁਲਾਈ, ਸਾਰੀ ਸੱਚਾਈ ਪਤਾ ਲੱਗ ਜੂਗੀ, ਕੋਈ ਵੇਖੋ ਕੈਮਰੇ ਲੱਗੇ ਅੰਦਰ ਵੀ ਕੈਮਰਾ ਲੱਗਾ ਇਹਨਾਂ ਦਾ। ਮੈਂ ਕਹਿੰਦਾ ਫੋਨ ਨਾ ਵੇਖਾ ਨਾ, ਜਿਹੜੇ ਘਰ ਦੇ ਕੈਮਰੇ ਕਿਹਾ ਡੱਬਾ ਇਹਨਾਂ ਨੂੰ ਹੈਗਾ ਵਾ, ਇਹਨਾਂ ਕਿਤੇ ਗਾਂਹ ਸ਼ਾਂ ਕਰਤਾ ਵਾ, ਡੱਬੇ ਸਰ ਤੁਹਾਨੂੰ ਸਾਰੀ ਸੱਚਾਈ ਪਤਾ ਲੱਗ ਜਾਏਗੀ। ਤਾਂ ਤੁਸੀਂ ਵੇਖਿਆ ਕਿ ਨੌਜਵਾਨ ਮੀਡੀਆ ਦੇ ਸਾਹਮਣੇ ਆਏ ਨੇ, ਫਿਲਹਾਲ ਇਹਨਾਂ ਦੇ ਵੱਲੋਂ ਵੱਡੀ ਜਿਹੜੀ ਮੰਗ ਰੱਖੀ ਗਈ, ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੇਰ ਰਾਤ ਉੱਥੇ ਮੌਕੇ ਤੇ ਪਹੁੰਚਦੀ ਹੈ ਤਾਂ ਇਹਨਾਂ ਦੇ ਘਰ ਦੇ ਬਾਹਰ ਜਿਹੜੇ ਕੈਮਰੇ ਨੇ ਉਹਦਾ DVR ਚੈੱਕ ਕੀਤਾ ਜਾਵੇ ਤਾਂ ਸੱਚਾਈ ਜਿਹੜੀ ਹੈ ਸਾਹਮਣੇ ਲਿਆਂਦੀ ਜਾਵੇ ਕਿ ਆਖਿਰਕਾਰ ਸੱਚਾਈ ਕੀ ਆ। ਤਾਂ ਜੇਕਰ ਇਹ ਕਹਿੰਦੇ ਨੇ ਕਿ ਅਸੀਂ ਗਲਤਾਂ ਤਾਂ ਸਾਡੇ ਉੱਪਰ ਜ਼ਰੂਰ ਕਾਰਵਾਈ ਕੀਤੀ ਜਾਵੇ ਪਰ ਸੱਚਾਈ ਜਿਹੜੀ ਆ ਉਹ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਆ। ਜਗਬਾਣੀ TV ਦੇ ਲਈ ਸਾਹਿਲ, ਅੰਮ੍ਰਿਤਸਰ।